वेलकम टू पंजाब नॉलेज हब ਅੱਜ ਸੀ ਇੰਗਲਿਸ਼ ਦਾ ਲੈਕਚਰ ਤਿਆਰ ਕੀਤਾ ਹੈ ਜੋ ਕਿ ਬਹੁਤ ਹੀ ਬੇਸਿਕ ਜੇ ਕਨਸੈਪਟ ਤੋਂ ਸਟਾਰਟ ਹੈ ਜੋ ਕਿ ਅਕਸਰ ਪੰਜਾਬ ਲੈਵਲ ਦੇ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਸੋ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਪ੍ਰੈਸ ਕਰੋ ਮਾਈ ਨੇਮ ਇਜ਼ ਸਿਮਰਨ ਸੋ ਲੈਟਸ ਸਟਾਰਟ ਸਾਡਾ ਫਰਸਟ ਟਾਪਿਕ ਹੈ ਨਾਉਨ ਐਂਡ ਨਾਉਨ ਇਜ਼ ਅ ਨੇਮ ਆਫ ਅ ਪਰਸਨ ਪਲੇਸ ਥਿੰਗ ਕੁਆਲਿਟੀ ਕੰਡੀਸ਼ਨ ਐਕਸ਼ਨ ਐਟ ਸੈਟਰਾ टेंस है किसी परसन का नेम है किसी जगह का नेम है किसी वस्तु का नेम है किसी की कोई क्वालिटी है किसी कंडीशन है किसी का कोई एक्शन है कहने नाउन नाउन टू टाइप्स के होंगे ने काउंटेबल दे नाउन और अनकाउंटेबल नाउन काउंटेबल नाउन जिन जो गिने जा सकन अनकाउंटेबल नॉन जो सिर्फ मयर किए जा सकन काउंटेबल नाउन थ्री टाइप के होंगे प्रोपर नाउन कॉमन नाउन कलैक्टिव नाउन ਪ੍ਰੋਪਰ ਨਾਉਨ ਵਿੱਚ ਕਿਸੇ ਪ੍ਰੋਪਰ ਜਾਂ ਕਿਸੇ ਖਾਸ ਪਰਸਨ ਦਾ ਨੇਮ ਕਿਸੇ ਜਗ੍ਹਾ ਦਾ ਨੇਮ ਕਿਸੇ ਕੋਈ ਥਿੰਗ ਦਾ ਨੇਮ ਕਾਮਨ ਨਾਉਨ ਵਿੱਚ ਕਿਸੇ ਆਮ ਪਰਸਨ ਦਾ ਨੇਮ ਕਿਸੇ ਆਮ ਜਗ੍ਹਾ ਦਾ ਨੇਮ ਕਿਸੇ ਆਮ ਵਸਤੂ ਦਾ ਨੇਮ ਕਲੈਕਟਿਵ ਨਾਉਨ ਵਿੱਚ ਗਰੁੱਪਸ ਹੁੰਦੇ ਨੇ ਸਾਡੇ ਅ ਟੀਮ ਆਫ ਪਲੇਅਰ ਅ ਕਲਾਸ ਆਫ ਸਟੂਡੈਂਟ ਅ ਲਾਇਬ੍ਰੇਰੀ ਆਫ ਬੁక్స్ ਨੂੰ ਅਸੀਂ ਐਗਜ਼ਾਮਪਲ ਦੇ ਨਾਲ ਸਮਝਾਂਗੇ ਪ੍ਰੋਪਰ ਨਾਉਨ ਔਰ ਕਾਮਨ ਨਾਉਨ ਪ੍ਰੋਪਰ ਨਾਉਨ ਵਿੱਚ ਕਿਸੇ ਖਾਸ ਪਰਸਨ ਦਾ ਨੇਮ ਹੈ ਲਾਈਕ ਜੋਹਨ ਮੀਰਾ ਕਿਸੇ ਜਗ੍ਹਾ ਦਾ ਨੇਮ ਹੈ ਇੰਗਲੈਂਡ ਔਰ ਯੂ ਐਸ ਏ ਕਿਸੇ ਕੋਈ ਚੀਜ਼ ਦਾ ਨੇਮ ਹੈ ਸੋਨੀ ਔਰ ਨੋਕੀਆ ਕਾਮਨ ਨਾਉਨ ਕਾਮਨ ਨਾਉਨ ਕੋਈ ਵੀ ਮੈਨ ਹੋ ਸਕਦਾ ਹੈ ਕੋਈ ਬாய் ਹੋ ਸਕਦਾ ਹੈ ਕੋਈ ਗਰਲ ਹੋ ਸਕਦੀ ਹੈ ਕੋਈ ਕੰਟਰੀ ਹੋ ਸਕਦੀ ਹੈ ਕੋਈ ਵੀ ਸਿਟੀ ਹੋ ਸਕਦੀ ਹੈ ਜਾਂ ਕੋਈ ਕੰਪਨੀ ਹੋ ਸਕਦੀ ਹੈ ਨੈਕਸਟ ਹੈ ਸਾਡਾ ਮਟੀਰੀਅਲ ਨਾਉਨ ਮਟੀਰੀਅਲ ਨਾਉਨ ਹੋ ਗਿਆ ਸਾਡੇ ਕਾਪਰ ਸਿਲਵਰ ਟੀ ਕੌਫੀ ghee ਜੋ ਚੀਜ਼ਾਂ ਮਾਪੀਆਂ ਜਾ ਸਕਣ ਮਿਆਰ ਕੀਤੀਆਂ ਜਾ ਸਕਣ ਜਾਂ ਆ ਜਾਏਗਾ ਐਬਸਟ੍ਰੈਕਟ ਨਾਉਨ ਐਬਸਟ੍ਰੈਕਟ ਨਾਉਨ ਜੋ ਚੀਜ਼ਾਂ ਸਾਨੂੰ ਦਿਖਦੀਆਂ ਨਹੀਂ ਹੈ ਬਟ ਅਸੀਂ ਫੀਲ ਕਰ ਸਕਦੇ ਹਾਂ इग्जैम्पल विस्टम ह्यूमनटी प्राइड ब्रेवरी चाइल्डहुड सो नैक्सट है साडा प्रोनाउन प्रोनाउन इज अ वर्ड यूज इन स्टेड ऑफ अ नाउन जो नाउन की जगह पर कोई वर्ड यूज किया जाए उन्होंने की कहने अपना प्रोनाउन यगजैम्पल्स ने ही शी इट आई वी यू दे जिस तरह राम इज गोइंग टू स्कूल राम की है सा नाउन बड़े जगह यूज कर सकते हैं ही ही इज गोइंग टू स्कूल ਤੁਸੀਂ ਕੋਈ ਸਪੀਚ ਤਿਆਰ ਕਰਦੇ ਹੋ ਕੋਈ ਐਸੇਸ ਤਿਆਰ ਕਰਦੇ ਹੋ ਇਹਦੇ ਵਿੱਚ ਤੁਸੀਂ ਨਾਉਨ ਬਾਰ-ਬਾਰ ਨਹੀਂ ਯੂਜ਼ ਕਰ ਸਕਦੇ ਇਹਦੀ ਜਗ੍ਹਾ ਕੀ ਯੂਜ਼ ਕਰੋਗੇ ਪ੍ਰੋਨਾਉਨ ਨੈਕਸਟ ਸਾਡਾ ਐਗਜ਼ਾਮਪਲ ਹੈ ਬॉयਜ਼ ਆਰ ਪਲੇਇੰਗ ਬॉयਜ਼ ਕੀ ਇੱਥੇ ਸਾਡਾ ਨਾਉਨ ਹੈ ਬਟ ਅਸੀਂ ਲਿਖ ਸਕਦੇ ਹਾਂ ਦੇ ਆਰ ਪਲੇਇੰਗ ਹਾਕੀ ਦੇ ਕੀ ਇੱਥੇ ਸਾਡਾ ਪ੍ਰੋਨਾਉਨ ਨੈਕਸਟ ਸਾਡਾ ਆਰਟੀਕਲ ਐਨ ਆਰਟੀਕਲ ਇਜ਼ ਅ ਵਰਡ ਯੂਜ਼ ਟੂ ਮੋਡੀਫਾਈ ਅ ਨਾਉਨ ਨਾਉਨ ਨੂੰ ਮੋਡੀਫਾਈ ਕਰਨ ਦੇ ਲਈ ਜੋ ਵਰਡ ਯੂਜ਼ ਕਰਦੇ ਹਾਂ ਉਹਨੂੰ ਕੀ ਆਪਾਂ ਕਹਿੰਦੇ ਆ ਆਰਟੀਕਲਸ ਆਰਟੀਕਲਸ ਟੂ ਟਾਈਪਸ ਦੇ ਹੁੰਦੇ ਨੇ ਡੈਫੀਨਿਟ ਆਰਟੀਕਲ ਔਰ ਇਨਡੈਫੀਨਿਟ ਆਰਟੀਕਲ ਡੈਫੀਨਿਟ ਆਰਟੀਕਲ ਹੁੰਦਾ ਸਾਡਾ ਦ ਜੋ ਇੱਕੀ ਸਪੈਸਿਫਿਕ ਚੀਜ਼ਾਂ ਨਾਲ ਲੱਗਦਾ ਹੈ ਇਨਡੈਫੀਨਿਟ ਆਰਟੀਕਲ ਏ ਐ ਹੋ ਸਕਦਾ ਐਨ ਹੋ ਸਕਦਾ ਅਸੀਂ ਐਗਜ਼ਾਮਪਲ ਦੇ ਨਾਲ ਸਮਝਾਂਗੇ ਐਨ ਐਨ ਯੂਜ਼ਡ ਵਿਦ ਵੋਵਲ ਜੋ ਸਾਡੇ ਇੰਗਲਿਸ਼ ਦੇ ਅਲਫਾਬੈਟਸ ਨੇ ਉਹਦੇ ਵਿੱਚ ਜੋ 5 ਵਰਡ ਨੇ ਉਹ ਕਿ ਸਾਡੇ ਵੋਵਲਸ ਏ ਈ ਆਈ ਓ ਯੂ ਇਹਨਾਂ ਨਾਲ ਆਪਾਂ ਕੀ ਯੂਜ਼ ਕਰਦੇ ਆ ਐਨ ਜਾਂ जेडे वोवल्स साउंड होंगे ने उन्होंने नॉ भी यूज की यूज़ करते एन लाइक एन अमरेला अमरेला की है यू यू की है साडा वोवल्स वोवल्स तो वर्ड स्टार्ट हो रहे मतलब यद की लगेगा एन लगेगा नैक्सट है साडा एन ओनसट वर्ड कितों स्टार्ट हो रहा है एच तो बट यद आवाज़ कि आ रही है ओनैस की आवाज़ आ रही है वोवल्स की तरह आवाज़ आ रही है एदेगा एन और एन यूज होंगे साढ़े एब्रीवेस न जिस तरह एन एस टी ओ एन एम पी ਨੈਕਸਟ ਸਾਡਾ A A used, used with desk top constants ਜਿਹੜੇ ਸਾਡੇ ਬਾਕੀ ਕਨਸਟੈਂਸ ਬਚ ਜਾਂਦੇ ਆ ਉਹਨਾਂ ਨਾਲ ਕੀ ਆਪਾਂ ਯੂਜ਼ ਕਰਦੇ ਆ A ਜਾਂ ਕਾਮਨ ਚੀਜ਼ਾਂ ਦੇ ਨਾਲ ਲਾਈਕ a boy a book a car ਨੈਕਸਟ ਸਾਡਾ the the यूज ਹੁੰਦਾ ਹੈ ਸਪੈਸਿਫਿਕ ਚੀਜ਼ਾਂ ਦੇ ਨਾਲ ਸਪੈਸਿਫਿਕ ਨਾਉਨ ਦੇ ਨਾਲ ਜਾਂ ਜੋ ਚੀਜ਼ਾਂ ਯੂਨੀਵਰਸਲ ਹੋਣ ਲਾਈਕ the sun the تاج ਦਾ ਗੀਤਾ ਔਰ the यूज ਹੁੰਦਾ ਹੈ ਐਡਜੈਕਟਿਵ ਦੀ 3rd ਡਿਗਰੀ ਸਾਡੀਆਂ 3 ਡਿਗਰੀ ਆਉਂਦੀਆਂ ਨੇ 1st ਡਿਗਰੀ 2nd ਡਿਗਰੀ 3rd ਡਿਗਰੀ हाई हायर हाईसट टॉल टॉलर टॉलैसट जो थर्ड डिग्री वह नाम मिली लगेगा द लगेगा द हाईसट द टॉलैसट नेक्स्ट है साडा एडजेक्टिव एडजेक्टिव इज अ वर्ड यूज टू क्वालिफाई नाउन और नाउन एंड क्वालिफाइंग वर्ड्स नाउन या नाउन की क्वालिटी शो करने लिए कर time, के लिए आप यूज़ करते हैं एडजेक्टिव जिस टाइम शी इज़ अ ब्यूटीफुल व्यूमेन इस सेंटेंस क्वालिटी वर्ड शो करता पे ब्यूटीफुल शो करता पे ब्यूटीफुल की सालीफाइंग वर्ड्स है एबजेक्टिव अजीत इज हैंडसम ए वर्ड के होंडसम सो की साजैक्टिव ही हैज़ बिग हाउस हाउस के बिग की है साजैक्टिव टेन बॉयज़ आर प्लेइंग बॉयज नाउन है ए ना कि शो करता पाया टेन सो यह बिग यह सा एबजेक्टिव ए फ्यू गर्ल्स वर क्राइम फ्यू की है साजैक्टिव सो नैक्सट टॉपिक है साब विच द टाइप ऑफ वर्क डन बाय नाउन और एडजैक्टिव एक सेंटेंस के नाउन या एडजैक्टिव ने किस टाइप का काम किया है उन्होंने की आप बोलते हैं एडवर्ब एग्जैंपल ये दी वॉक्स स्लोली वॉक कि करता पैोली करता पाया टाइप ऑफ वर्क की है एडवर्ब सो इत की है साोअली की है एडवर्ब है साढ़ा शीडन का वर्क ब्यूटीफुल टाइप ऑफ वर्क की है ब्यूटीफुली उन्हें काम किया सो ब्यूटीफुल भी की है एडबर्ब सो बेसिकली जिन्हें वर्ड्स के पिछे एल वही आए हे साडे की होंगे ने एडवर्ब ਨੈਕਸਟ ਸਾਡਾ ਮੋਡਲ ਇਹ ਮੋਡਲ ਇਜ਼ ਅ ਟਾਈਪ ਆਫ ਹੈਲਪਿੰਗ ਵਰब्स ਮੋਡਲ ਵੀ ਕਿਤਰਾ ਨੇ ਹੈਲਪਿੰਗ ਵਰब्स ਹੁੰਦੇ ਨੇ ਹੈਲਪਿੰਗ ਵਰਬ ਕਿਹੜੇ ਹੁੰਦੇ ਨੇ ਸਾਡੇ ਸਬਜੈਕਟਸ ਨਾਲ ਲੱਗਦੇ ਨੇ ਹੀ ਸ਼ੀ ਇਟ ਆਈ ਵੀ ਯੂ ਦੇ ਨਾਲ ਕੀ ਲੱਗਦਾ ਸਾਡਾ ਇਜ਼ ਐਮ ਆਰ ਵਾਸ ਵਰ ਹੈਜ਼ ਹੈਵ ਹੈਡ ਇੱਕੀ ਸਾਡੇ ਸਾਰੇ ਹੁੰਦੇ ਨੇ ਹੈਲਪਿੰਗ ਵਰब्स ਇਹਨਾਂ ਤੋਂ ਇਲਾਵਾ ਵੀ ਹੈਲਪਿੰਗ ਵਰब्स ਹੁੰਦੇ ਨੇ ਜੋ ਕਿ ਹੁੰਦੇ ਨੇ ਕੈਨ ਕੁਡ ਮੀ ਮਾਈਟ ਮਸਟ ਸ਼ਲ ਸ਼ੁੱਡ ਵਿਲ ਹੁਡ ਇਹਨਾਂ ਨੂੰ ਕੀ ਆਪਾਂ ਕਹਿੰਦੇ ਆ ਮੋਡਲਸ ਨੈਕਸਟ ਸਾਡਾ ਇੰਟਰਜੈਕਸ਼ਨ ਅਵਰਡ অর ਫਰੇਜ਼ ਦੈਟ ਇਸ ਯੂਜ਼ ਟੂ ਐਕਸਪ੍ਰੈਸ ਸਰਪ੍ਰਾਈਜ਼ ਪੇਨ ਪਲੈਜ਼ਰ ਐਟ ਸੈਟਰਾ ਆਪਣੇ ਸਰਪ੍ਰਾਈਜ਼ ਨੂੰ ਸ਼ੋ ਕਰਨ ਲਈ ਆਪਣੇ ਪੇਨ ਜਾਂ ਆਪਣੇ ਪਲੈਜ਼ਰ ਨੂੰ ਆਪਣਾ ਇਹ ਸਭ ਚੀਜ਼ਾਂ ਸ਼ੋ ਕਰਨ ਲਈ ਆਪਾਂ ਕੀ ਇੰਟਰਜੈਕਸ਼ਨ ਯੂਜ਼ ਕਰਦੇ ਹਾਂ ਓ ਹਰੇ ਵਾਓ ਹੈ ਬੇਸਿਕਲੀ ਇਹਨਾਂ ਦੀ ਪਛਾਣ ਕੀ ਹੁੰਦੀ ਹੈ ਇੱਕ ਲਾਈਨ ਖਿੱਚ ਕੇ ਡਾਟ ਪਾ ਦਿੱਤੀ ਗਈ ਹੁੰਦੀ ਹੈ ਇਹਨਾਂ ਨੇ ਇੰਟਰਜੈਕਸ਼ਨ ਦਾ ਸਾਈਨ ਹੈ ਜੋ ਕਿ ਪੰਜਾਬੀ ਗ੍ਰਾਮਰ ਦੇ ਵਿੱਚ ਤੁਸੀਂ ਇਸ ਨੂੰ ਵਿਸਮਿਕ ਕਹਿ ਸਕਦੇ ਹੋ ਇਹਨੂੰ ਬਟ ਇੰਗਲਿਸ਼ ਗ੍ਰਾਮਰ ਵਿੱਚ ਇਹਨੂੰ ਕੀ ਕਹਿੰਦਾ ਇੰਟਰਜੈਕਸ਼ਨ ਨੈਕਸਟ ਹੈ ਸਾਡਾ ਕੰਜੰਕਸ਼ਨ ਅ ਕੰਜੰਕਸ਼ਨ ਇਜ਼ ਅ ਵਰਡ ਵਿਚ ਜੁਆਇਨਸ ਟੂ অর ਮੋਰ ਦੈਨ ਟੂ ਵਰਡਸ ਫਰੇਜ਼ অর ਸੈਂਟੈਂਸ ਕੋਈ ਵੀ ਸੈਂਟੈਂਸ ਜੋੜਨੇ ਹੋਣ ਜਾਂ ਦੋ ਵਰਡ ਜੋੜਨੇ ਹੋਣ ਜਾਂ ਕੋਈ ਫਰੇਜ਼ ਜੋੜਨੀ ਹੋਏ ਉਹਨਾਂ ਦਾ मीनिंग ਕੱਢਣ ਦੇ ਲਈ ਆਪਾਂ ਕੀ ਯੂਜ਼ ਕਰਦੇ ਆ ਕੰਜੰਕਸ਼ਨ ਕੰਜੰਕਸ਼ਨ ਜਿਸ ਤਰ੍ਹਾਂ ਪੰਜਾਬੀ ਗ੍ਰਾਮਰ ਵਿੱਚ ਤੁਸੀਂ ਕਹਿ ਸਕਦੇ ਹੋ ਯੋਜਕ ਜੋ ਕਿ ਸਟੇਟ ਲੈਵਲ ਦੇ ਐਗਜ਼ਾਮ ਵਿੱਚ ਪੰਜਾਬੀ ਗ੍ਰਾਮਰ ਵੀ ਪੁੱਛੀ ਜਾਂਦੀ ਹੈ ਇੰਗਲਿਸ਼ ਗ੍ਰਾਮਰ ਵੀ ਪੁੱਛੀ ਜਾਂਦੀ ਹੈ ਇਹਦੇ ਐਗਜ਼ਾਮਪਲ ਹੈ ਫਰਸਟ ਐਗਜ਼ਾਮਪਲ ਹੈ ਵੀਨਾ ਐਂਡ ਸੀਤਾ ਵੈਂਟ ਟੂ ਮਾਰਕੀਟ ਐਂਡ ਇੱਥੇ ਕੀ ਹੈ ਸਾਡਾ ਕੰਜੰਕਸ਼ਨ ਜੋ ਕਿ ਦੋ ਦੋ ਵਰਡਸ ਨੂੰ ਜੋੜਦਾ ਪਿਆ ਹੈ ਆਈ ਵੈਂਟ ਟੂ ਸੀ ਹਿਮ ਬਟ ਹੀ ਵਾਸ ਨੋਟ ਨੋਟ देयर ਇੱਕ ਲਾਈਨ ਹੈ ਇਨ ਵਰਡਸ ਨੂੰ ਕੀ ਜੋੜਦਾ ਪਿਆ ਬਟ ਜੋੜਦਾ ਪਿਆ ਬਟ ਕੀ ਹੈ ਸਾਡਾ ਕਨਜਕਸ਼ਨ ਗਿਵ ਮੀ ਕਾਫੀ অর ਟੀ ਔਰ ਕੀ ਹੈ ਸਾਡਾ ਕਨਜਕਸ਼ਨ ਹੈ ਜੋ ਦੋ ਵਰਡਸ ਨੂੰ ਜੋੜਦਾ ਪਿਆ ਹੈ ਨੈਕਸਟ ਹੈ ਸਾਡਾ ਡਿਟਰਮੀਨਰ ਇਟ ਇਜ਼ ਯੂਜ਼ਡ ਬਿਫੋਰ ਨਾਉਨ ਟੂ ਕਲੈਰੀਫਾਈ ਨਾਉਨ ਨਾਉਨ ਨੂੰ ਕਲੈਰੀਫਾਈ ਕਰਨ ਦੇ ਲਈ ਬੇਸਿਕਲੀ ਆਪਾਂ ਕੀ ਯੂਜ਼ ਕਰਦੇ ਹਾਂ ਡਿਟਰਮੀਨਰ ਨਾਉਨ ਨਾਉਨ ਦੇ ਨਾਲ ਉਹਨਾਂ ਆਰਟੀਕਲ ਲੱਗਦੇ ਨੇ ਠੀਕੇ ਹੋਰ ਕੀ ਐਡਜੈਕਟਿਵ ਲੱਗ ਜਾਏਗਾ ਹੋਰ ਵਰਡਸ ਵੀ ਲੱਗ ਸਕਦੇ ਨੇ ਬਟ ਉਹਨਾਂ ਸਾਰਿਆਂ ਨੂੰ ਕੀ ਆਪਾਂ ਐਂਡ 'ਚ ਕਹ ਦਾਂਗੇ ਡਿਟਰਮੀਨਰ ਹੁੰਦੇ ਆ ਸਾਡੇ ਮਾਈ ਪੈਨ ਪੈਨ ਸਾਡਾ ਨਾਉਨ ਹੈ ਬਟ ਇਹਨੂੰ ਕਲੈਰੀਫਾਈ ਕਿਨੇ ਕੀਤਾ ਮਾਈ ਨੇ ਅ ਪੈਨ ਵੀ ਹੋ ਸਕਦਾ ਹੈ ਇਹ ਕੀ ਸਾਡਾ ਹੋਏਗਾ ਆਰਟੀਕਲ ਬਟ ਅਲਟੀਮੇਟ ਨੇ ਸਾਰੇ ਕੀ ਦੇ ਵਿੱਚ ਆ ਜਾਂਦੇ ਨੇ ਡਿਟਰਮੀਨਰ ਚ ਆਉਂਦੇ ਆ ਕਨਫਿਊਜ਼ ਨਹੀਂ ਹੋਣਾ ਹੈ ਆਰਟੀਕਲ ਹੈ ਐਡਜੈਕਟਿਵ ਹੈ ਜਾਂ ਡਿਟਰਮੀਨਰ ਹੈ ਡਿਟਰਮੀਨਰ ਆਰਟੀਕਲ ਵੀ ਹੋ ਸਕਦੇ ਆ ਐਡਜੈਕਟਿਵ ਵੀ ਹੋ ਸਕਦੇ ਆ ਹੋਰ ਵਰਡਸ ਨੂੰ ਵੀ ਆਪਾਂ ਬੋਲ ਸਕਦੇ ਆ ਮਾਈ ਪੈਨ ਸਮ ਵਾਟਰ ਦਿਸ ਬੁੱਕ अ चीयर टू स्टूडेंट्स ये माई सम दिस ए टू so uh, ए सारे की गए अल्टीमेट डिटरमीनर ने सो नैक्सट है साडा असं नैक्सट करा ओबजेक्टिव क्वेश्चन मेरे पिछले मेरे को एग्जाम्स पे हुए उन्होंने सारे क्वेश्चन आए हुए हैं उए ने एवरी वन लाइक हिम फॉर इज अट्रैक्टिव लुक इस लाइन अंडरलाइन जो सेंटेंस है साडा अंडरलाइन सेंटेंस वर्ब हो है एडजेक्टिव हो है एडवर्ब हो सकता है ये या नाउन हो सकता एडजैक्टिव एजजैक्टिव है जो किसी की क्वालिटी शो करे एटैक्टिव की सा एडजैक्टिव सो नैक्सट है आई वॉज प्रेजेंटली सरप्राइज वैन शी केम टू माई होम प्रेजेंटली की है एडवर्ब है एडजैक्टिव है वर्ब है कंजशन है यह की है एक टाइप ऑफ वर्क शो किया गया टाइप ऑफ वर्क शो जो करता है उन्होंने आप कहने एडबर्ब सो इत की, so, की सा आएगा एडवर्ब हे पुट दैट डाउन किसी ने चेतावनी दी गई है ना मैंने कहा कि लाइन खिंच के डोट पाया नीचे डॉट पाया है इंटरजैक्शन सो हे की है इतने साडा इंटरजैक्शन एडजैक्टिव नहीं है एडवर्ब नहीं है नाउन नहीं है सांटैक्शन शो हो रहा है नैक्सट है मे शी लिव लोंग मे की इतने साडा कंजक्शन मॉडल नाउन डिटर्मीनर मे की है साडा इत ਮੋਡਲ ਮੋਡਲ ਦਿੱਤਾ ਨਾਮ ਆਪਾਂ ਯੂਜ਼ ਕਰ ਰਹੇ ਆਣ। ਸੋ ਐਸੀ ਮੇਰਾ ਅੱਜ ਦਾ ਲੈਕਚਰ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਕਮੈਂਟ ਬਾਕਸ ਵਿੱਚ ਮੈਨ ਦੱਸੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ। ਥੈਂਕ ਯੂ ਸੋ ਮੱਚ।